ਮੇਨ ਪਰਪਸ ਸੀ ਕਿ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ, ਉਹਦੇ ਲਈ ਨੋਮੀਨੇਸ਼ਨ ਦਾਇਰ ਕਰਨਾ ਹੈ, ਤਾਂ ਜਾਂ ਤਾਂ ਸਾਨੂੰ ਬਾਹਰ ਪੈਰੋਲ ਦੇ ਦਿਓ ਤਾਂ ਕਿ ਅਸੀਂ ਨੋਮੀਨੇਸ਼ਨ ਫਾਈਲ ਕਰ ਸਕੀਏ, ਜਾਂ ਫਿਰ ਸਾਰੀਆਂ ਫਾਰਮੈਲਿਟੀ ਜੇਲ੍ਹ ਵਿੱਚ ਵੀ ਹੋ ਸਕਦੀਆਂ। ਜੇਲ੍ਹ ਸੁਪਰਡੈਂਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਕੰਪੀਟੈਂਟ ਅਥਾਰਟੀ ਹੈ ਓਥ ਲੈਣ ਲਈ, ਸਰਟੀਫਾਈ ਕਰਨ ਲਈ, ਅਤੇ ਇਸ ਕਰਕੇ ਉਹਦੇ ਸਾਹਮਣੇ ਐਫੀਡੇਵਿਟ ਵੀ ਦਿੱਤਾ ਜਾ ਸਕਦਾ। ਤੋ ਫਿਰ ਪੰਜਾਬ ਗਵਰਨਮੈਂਟ ਨੇ ਇਹੀ ਸਟੇਟਮੈਂਟ ਦਿੱਤੀ ਕਿ ਜਿੰਨੀਆਂ ਫਾਰਮੈਲਿਟੀਜ਼ ਹੈਗੀਆਂ, 7 ਪ੍ਰੇਅਰਸ ਹੈਗੀਆਂ ਸਾਡੀਆਂ, 5 ਅਸੀਂ ਆਲਰੇਡੀ ਪੂਰੀਆਂ ਕਰ ਦਿੱਤੀਆਂ ਇੱਕ ਦਿਨ ਦੇ ਵਿੱਚ ਹੀ, ਅਤੇ ਜਿਹੜੀਆਂ ਬਾਕੀ 2 ਪ੍ਰੇਅਰਸ ਰਹਿ ਗਈਆਂ ਕਿ ਬੈਂਕ ਅਕਾਊਂਟ ਅਤੇ ਓਥ ਲੈਣਾ, ਉਹ ਜੇਲ੍ਹ ਸੁਪਰਡੈਂਟ ਨੂੰ ਅਸੀਂ ਹਦਾਇਤਾਂ ਦੇ ਦਿੱਤੀਆਂ, ਅਤੇ ਉਹ ਸੋਮਵਾਰ ਨੂੰ ਉਹ ਪੂਰੀਆਂ ਕਰ ਦੇਣਗੇ, ਤਾਂ ਇਹ ਨੋਮੀਨੇਸ਼ਨ ਪੇਪਰ ਉਦਣ ਉਸ ਤੋਂ ਬਾਅਦ ਫਿਰ ਦਾਇਰ ਕਰ ਸਕਦੇ ਨੇ। ਯਾਨੀ ਕਿ ਹੁਣ ਜੇਲ੍ਹ ਸੁਪਰਡੈਂਟ ਇੱਕ ਚੁਣਾਵ ਅਧਿਕਾਰ ਦੀ ਭੂਮਿਕਾ ਵੀ ਅਦਾ ਕਰ ਰਹੇ? ਹਾਂਜੀ, ਜੇਲ੍ਹ ਸੁਪਰਡੈਂਟ ਹਮੇਸ਼ਾ ਜਿਹੜਾ ਹੈ ਨਾ ਇਲੈਕਸ਼ਨ ਕਮਿਸ਼ਨ ਦੇ ਮੁਤਾਬਿਕ ਕੰਪੀਟੈਂਟ ਅਥਾਰਟੀ ਹੈ, ਉਹ ਫਾਰਵਰਡ ਵੀ ਕਰ ਸਕਦਾ, ਉਹ ਓਥ ਸਾਈਨ ਵੀ ਕਰ ਸਕਦਾ, ਉਹ ਸਰਟੀਫਾਈਡ ਵੀ ਦੇ ਸਕਦਾ ਕਿ ਇਹਨਾਂ ਨੇ ਇਹ ਓਥ ਲਈ ਹੈ, ਕਿ ਮੈਂ ਜਿੱਦਾਂ ਹੁੰਦਾ ਨਾ MP ਓਥ ਲੈਂਦਾ ਕਿ ਆਈ ਮੈਂ ਸੰਵਿਧਾਨ ਦੇ ਮੁਤਾਬਿਕ ਕੰਮ ਕਰੂੰਗਾ, ਕੌਨਸਟੀਟਿਊਸ਼ਨ ਦੀ ਇੱਜ਼ਤ ਕਰਦਾ ਅਤੇ ਸੋਵਰੈਨਿਟੀ ਐਂਡ ਇੰਟੈਗ੍ਰਿਟੀ ਦੇ ਮੁਤਾਬਿਕ ਆਈ ਸਵੀਅਰ ਬਾਏ ਦੈਟ। ਜਿੱਦਾਂ ਆਪਾਂ ਅਲੈਕਟ ਹੋ ਕੇ ਜੱਜਸ ਵੀ ਓਥ ਲੈਂਦੇ ਆ, MP ਦੀ ਮਿਨਿਸਟਰ ਵੀ ਲੈਂਦੇ, ਉਸੇ ਤਰ੍ਹਾਂ ਹੀ ਕੈਂਡੀਡੇਟ ਨੂੰ ਵੀ ਓਥ ਲੈਣੀ ਪੈਂਦੀ ਹੈ, ਕਿ ਜੇ ਤੁਸੀਂ ਕੌਨਸਟੀਟਿਊਸ਼ਨ ਦੇ ਮੁਤਾਬਿਕ ਇਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਡਰ ਓਥ ਕਿਸੇ ਦੇ ਸਾਹਮਣੇ ਇਹ ਲੈ, ਆਪ ਤੁਸੀਂ ਸਾਈਨ ਨਹੀਂ ਕਰ ਸਕਦੇ, ਕਿਸੇ ਦੇ ਸਾਹਮਣੇ ਓਥ ਲੈਣੀ ਪੈਂਦੀ ਹੈ, ਉਹ ਫਿਰ ਸਰਟੀਫਾਈ ਦਿੰਦਾ ਕਿ ਇਹਨੇ ਸਾਹਮਣੇ ਓਥ ਲਈ ਹੈ, ਫਿਰ ਤੁਸੀਂ ਇਲੈਕਸ਼ਨ ਲੜ ਸਕਦੇ ਹੋ, ਫਿਰ ਤੁਸੀਂ ਇਲੈਕਟ ਹੋ ਸਕਦੇ ਹੋ। ਸੰਵਿਧਾਨ ਦੀ ਓਥ ਲੈਣੀ ਪੈਂਦੀ ਹੈ, ਲੇਕਿਨ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਵਿੱਚ ਸੰਵਿਧਾਨ ਨੂੰ ਲੈ ਕੇ ਵੀ ਬੜਾ ਇੱਕ ਉਹ ਹੈ ਕਿ ਦੇਸ਼ ਦਾ ਸੰਵਿਧਾਨ ਨਹੀਂ ਮੰਨਣਾ ਜਾਂ ਖਾਲਿਸਤਾਨ ਦੀ ਮੰਗ ਸੀਗੀ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਡਿਊਲ ਸਟੇਟਮੈਂਟ ਜਾਂ ਇੱਕ ਚੁਣਾਵ ਦੇ ਲਈ ਸਿਰਫ ਇਹ ਸੰਵਿਧਾਨ ਮੰਨਣਾ? ਇਹ ਅਸੀਂ ਪਟੀਸ਼ਨ ਦੇ ਵਿੱਚ ਨਾ ਇਹਨਾਂ ਦੇ ਗਰਾਊਂਡਸ ਆਫ ਡਿਟੈਂਸ਼ਨ ਲਾਈਆਂ ਸੀ, ਗਰਾਊਂਡ ਆਫ ਡਿਟੈਂਸ਼ਨ ਸਰਕਾਰ ਤਾਂ ਇਹ ਕੇਸ ਬਣਾ ਰਹੀ ਹੈ ਕਿ ਸੰਵਿਧਾਨ ਨੂੰ ਨਹੀਂ ਮੰਨਦਾ, ਤਾਂ ਜਿਹੜਾ ਉਹਨਾਂ ਦਾ ਡਿਸੀਜਨ ਹੈ ਕਿ ਅਸੀਂ ਇਲੈਕਸ਼ਨ ਲੜ ਰਹੇ ਹਾਂ, ਉਹਦੇ ਵਿੱਚ ਇਨਬਿਲਟ ਹੈ ਕਿ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ, ਦੇਸ਼ ਦੀ ਸੋਵਰੈਨਿਟੀ ਨੂੰ ਮੰਨਦੇ ਹੋ, ਇੰਟੈਗ੍ਰਿਟੀ ਨੂੰ ਮੰਨਦੇ ਹੋ। ਸੋ ਇਸ ਕਰਕੇ ਇੱਕ ਵੱਡਾ ਜਿਹੜਾ ਇਲਜ਼ਾਮ ਹੈ ਉਹਦੇ ਖਿਲਾਫ, ਉਹ ਇਸ ਐਕਟ ਨਾਲ ਘੱਟੋ ਘੱਟ ਝੂਠਾ ਜਾਂ ਡਿਲਿਊਟ ਤਾਂ ਹੋ ਹੀ ਜਾਂਦਾ, ਕਿਉਂਕਿ ਉਹਦੇ ਖਿਲਾਫ ਜਿਹੜੀ ਸੈਕਿੰਡ ਡਿਟੈਂਸ਼ਨ ਆਰਡਰ ਹੈ ਉਹਦੇ ਵਿੱਚ ਇਹ ਤਾਂ ਜੇਲ੍ਹ ਵਿੱਚ ਕੁਛ ਕਰ ਤਾਂ ਸਕਦੇ ਨੇ, ਇਹ ਕਹਿ ਰਿਹਾ ਕਿ ਇਹਦੀ ਸਪੋਰਟ ਵੀ ਲੋਕ ਪ੍ਰੋਟੈਸਟ ਕਰ ਰਹੇ ਨੇ, ਉਹਦੀਆਂ ਵੀਡੀਓ ਲਾਈਆਂ ਹੋਈਆਂ, ਉਹ ਆਡੀਓ ਸਟੇਟਮੈਂਟ ਲਾਈਆਂ ਹੋਈਆਂ। ਹੁਣ ਕਿ ਜੇ ਕਿਸੇ ਦੀ ਸਪੋਰਟ ਵੱਧ ਰਹੀ ਹੋਵੇ ਜੇਲ੍ਹ ਵਿੱਚ, ਤਾਂ ਤੁਹਾਨੂੰ ਲੌਜੀਕਲ ਹੈ ਕਿ ਤੁਸੀਂ ਛੱਡ ਦਿਓ, ਦੋਨੋਂ ਗਰਾਊਂਡ ਆਫ ਡਿਟੈਂਸ਼ਨ ਬਣਾਇਆ ਹੋਇਆ ਕਿ ਇਹਦੇ ਹੱਕ ਵਿੱਚ ਅਮਰੀਕਾ ਵਿੱਚ ਰੈਲੀਆਂ ਹੋ ਰਹੀਆਂ, US ਵਿੱਚ ਹੋ ਰਹੀਆਂ, ਅੰਮ੍ਰਿਤਸਰ ਵਿੱਚ ਹੋ ਰਹੀਆਂ, ਪ੍ਰੋਟੈਸਟ ਸ਼ੁਰੂ ਹੋ ਗਈ ਗੋਲਡ ਟੇਬਲ ਦੇ ਅੱਗੇ, ਅਤੇ ਉਹ ਸਪੀਚਾਂ ਭੜਕਾਊ ਦੇ ਰਹੇ ਹੈ, ਇਸ ਕਰਕੇ ਇਹਨੂੰ ਛੱਡਣਾ ਠੀਕ ਨਹੀਂ, ਅਤੇ ਸਾਰਾ ਇਹ ਕਹਿ ਰਿਹਾ ਕਿ ਇਹਦਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੈ, ਅਤੇ ਇਸ ਐਕਟ ਨਾਲ ਮੇਰੇ ਹਿਸਾਬ ਨਾਲ ਘੱਟੋ ਘੱਟ ਇਹ ਗੱਲ ਤਾਂ ਕਲੀਅਰ ਹੋ ਜਾਂਦੀ ਹੈ। ਤੁਸੀਂ ਹੁਣ ਇਹ ਇਲਜ਼ਾਮ ਨਹੀਂ ਲਾ ਸਕਦੇ ਕਿ ਅੰਮ੍ਰਿਤਪਾਲ ਪਬਲੀਕਲੀ ਇਹ ਕਹਿੰਦਾ, ਉਹ ਤਾਂ ਪਬਲੀਕਲੀ ਉਹਨੇ ਐਕਸੈਪਟ ਕੀਤਾ ਐਂਡ ਇਸ ਲਈ ਇਲੈਕਸ਼ਨ ਲੜਨ ਦਾ ਡਿਸੀਜਨ ਲਿਆ, ਔਰ ਫਾਰਮਲ ਡੈਕਲਰੇਸ਼ਨ ਜਿਹੜੇ ਓਥ ਹੁੰਦਾ, ਜੇ ਤੁਸੀਂ ਮਨਿਸਟਰ ਨੂੰ ਓਥ ਲੈ ਕੇ ਸਮਝਦੇ ਹੈ ਕਿ ਉਹ ਇਮਾਨਦਾਰ ਹੋ ਜਾਂਦਾ, ਸੰਵਿਧਾਨ ਦੀ ਰੱਖਿਆ ਕਰੇਗਾ, ਘੱਟੋ ਘੱਟ ਪਿਛਲੇ 10 ਸਾਲ ਵਿੱਚ ਆਪਾਂ ਦੇਖਿਆ ਸੰਵਿਧਾਨ ਦੀ ਕਿੰਨੀ ਕੁ ਰੱਖਿਆ ਹੋਈ ਹੈ, ਪਰ ਸਭ ਨੇ ਓਥ ਲਈ ਹੈ, ਪ੍ਰਧਾਨ ਮੰਤਰੀ ਲੈ ਕੇ ਥੱਲੇ ਤੱਕ, ਉਸ ਤੋਂ ਬੈਟਰ ਓਥ ਅੰਮ੍ਰਿਤਪਾਲ ਲੈ ਰਿਹਾ। ਇੱਕ ਗੱਲ ਹੋਰ ਵੀ ਹੈ ਸਰ, ਕਿ ਜਿਹੜੀ ਇਹ ਜੇਲ੍ਹ ਸੁਪਰਡੈਂਟ ਕੰਪੀਟੈਂਟ ਅਥਾਰਟੀ ਹੁੰਦਾ ਹੈ, ਹੁਣ ਜਿਹੜੇ ਡਾਕੂਮੈਂਟ ਉੱਥੇ ਨੇ, ਕਿਆ ਉਹ ਜੇਲ੍ਹ ਸੁਪਰਡੈਂਟ ਹੀ ਕਰੇਗਾ ਜਾਂ ਖਡੂਰ ਸਾਹਿਬ ਵੀ ਆਉਣਗੇ ਜਾਂ ਕੀ ਹੋਏਗਾ? ਨਹੀਂ, ਉਹਨਾਂ ਦਾ ਪਰਿਵਾਰ ਡਾਕੂਮੈਂਟ ਉੱਥੇ ਸਾਈਨ ਹੋ ਜਾਣਗੇ, ਉਹ ਲੈ ਕੇ ਸਬਮਿਟ ਕਰਨਗੇ, ਕਿਉਂਕਿ ਪ੍ਰਪੋਜ਼ਲ ਵੀ ਸਬਮਿਟ ਕਰ ਸਕਦਾ, ਦੋ ਬੰਦੇ ਸਬਮਿਟ ਕਰ ਸਕਦੇ, ਇੱਕ ਤਾਂ ਆਪ ਬੰਦਾ ਕੈਂਡੀਡੇਟ, ਦੂਸਰਾ ਕੈਂਡੀਡੇਟ ਜਿਹੜਾ ਪ੍ਰਪੋਜ਼ਲ ਹੋਏ। ਪ੍ਰਪੋਜ਼ਲ ਕੌਣ ਬਣਾਇਆ?
ਇਹ ਤਾਂ ਜਿਹੜੇ ਡਾਕੂਮੈਂਟ ਉਹਨਾਂ ਦੇ ਨਾਲ ਗਏ ਹੋਣਗੇ ਪਿਤਾ ਜੀ ਦੇ ਨਾਲ, ਉਹਨਾਂ ਦੇ ਫੈਮਿਲੀ ਦੇ ਨਾਲ ਉਹੀ ਪ੍ਰਪੋਜ਼ਲ ਹੋਣਗੇ, ਕਿਉਂਕਿ ਇਹ 10 ਪ੍ਰਪੋਜ਼ਲਸ ਨੇ ਰਿਪ੍ਰੈਜ਼ੈਂਟੇਸ਼ਨ ਦਿੱਤੇ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਅਸੀਂ ਉਹਦਾ ਨਾਮ ਪ੍ਰਪੋਜ਼ ਕਰਨਾ ਚਾਹੁੰਦੇ ਹਾਂ, ਅਤੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉੱਥੋਂ ਸਾਈਨ ਕਰਵਾਉਣ ਦੀ। ਤਾਂ ਮੇਰੇ ਹਿਸਾਬ ਨਾਲ ਜ਼ਰੂਰ ਗਏ ਹੋਣੇ ਉਹਨਾਂ ਦੇ ਪਿਤਾ ਜੀ ਨਾਲ, ਉੱਥੋਂ ਡਾਕੂਮੈਂਟ ਲੈ ਕੇ ਰਾਤ ਆ ਰਹੇ ਆ ਜਾਂ ਪਹੁੰਚ ਜਾਣਗੇ ਕੱਲ੍ਹ, ਕਿਉਂਕਿ ਇਹੀ ਸਟੇਟ ਗਵਰਨਮੈਂਟ ਨੇ ਕਿਹਾ ਕਿ ਜੀ 5 ਫਾਰਮੈਲਿਟੀਜ਼ ਅਸੀਂ ਆਲਰੇਡੀ ਪੂਰੀਆਂ ਕਰਵਾ ਦਿੱਤੀਆਂ, ਸਿਰਫ ਅਕਾਊਂਟ 'ਤੇ ਹੋ ਰਹੇਗੀ, ਸਿਰਫ ਇੱਕ ਓਥ ਹੁੰਦੀ ਜਿਹੜੀ ਆਫਟਰ ਨੋਮੀਨੇਸ਼ਨ ਪੇਪਰ ਤੋਂ ਬਾਅਦ ਲਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜਿਹੜਾ ਅਕਾਊਂਟ ਓਪਨਿੰਗ ਹੈਗਾ ਉਹ ਵੀ ਅੱਜ ਕੱਲ੍ਹ ਸੈਂਟਰਲਾਈਜ਼ ਕਿਤੋਂ ਵੀ ਹੋ ਸਕਦਾ, ਉਹ ਡਿਬਰੂਗੜ੍ਹ ਵਿੱਚ ਸਿੱਧਾ ਹੀ ਖੁਲ੍ਹ ਸਕਦਾ, ਸਿਗਨੇਚਰ ਹੀ ਚਾਹੀਦੇ, ਇਹਨਾਂ ਦਾ ਕੰਸੈਂਟ ਚਾਹੀਦਾ ਹੁੰਦਾ, ਅਤੇ ਉਹ ਵੀ ਸੋਮਵਾਰ ਨੂੰ ਅਸੀਂ ਪੂਰੀਆਂ ਕਰਵਾ ਦਾਂਗੇ, ਅਤੇ ਕੋਈ ਅੜਚਨ ਨਹੀਂ ਹੋਏਗੀ ਇਹਦੇ ਨੋਮੀਨੇਸ਼ਨ ਦੇ ਵਿੱਚ ਇਲੈਕਸ਼ਨ ਲੜਨ ਦੇ। ਇੱਕ ਲਾਸਟ ਸਵਾਲ, ਜਿਹੜੇ ਡਾਕੂਮੈਂਟ ਲੈ ਕੇ ਹੁਣ ਖਡੂਰ ਸਾਹਿਬ ਕਿਉਂਕਿ ਡੀਸੀ ਆਫਿਸ 'ਚ ਜਦੋਂ ਜਾਂਦੇ ਹੈ ਉੱਥੇ ਡਾਕੂਮੈਂਟ ਚੈੱਕ ਹੋਣਗੇ ਹਲੇ? ਬਿਲਕੁਲ, ਉਹ ਲਾਸਟ ਸਵਾਲ ਤਾਂ ਹਮੇਸ਼ਾ ਹੀ ਰਹਿੰਦਾ ਹੈ ਕਿ ਨੋਮੀਨੇਸ਼ਨ ਡੀਸੀ ਜਾਂ ਰਿਟਰਨਿੰਗ ਆਫਿਸਰ ਅਕਸੈਪਟ ਕਰੇਗਾ ਜਾਂ ਕੋਈ ਬਹਾਨਾ ਬਣਾ ਕੇ ਰਿਜੈਕਟ ਕਰ ਦੇਗਾ, ਇਸੇ ਇਹ ਸ਼ੱਕ ਤਾਂ ਜਦ ਤੱਕ ਡੀਸੀ ਫਾਈਨਲੀ ਐਕਸੈਪਟ ਨਹੀਂ ਕਰਦੇ ਉਦ ਤੱਕ ਕਿਸੇ ਨੂੰ ਨਹੀਂ ਪਤਾ ਕਿ ਫਾਈਨਲੀ ਨੋਮੀਨੇਸ਼ਨ ਐਕਸੈਪਟ ਹੋਣਗੇ ਕਿ ਨਹੀਂ ਹੋਣਗੇ, ਮਗਰ ਇਹਦੇ ਵੱਲੋਂ ਜਾਂ ਇਹਦੇ ਲਾਇਰਸ ਵੱਲੋਂ ਘੱਟੋ ਘੱਟ ਉਹ ਫਾਰਮੈਲਿਟੀਜ਼ ਆਪਣੀ ਸੈਟਿਸਫੈਕਸ਼ਨ ਉਹਨਾਂ ਨੇ ਪੂਰੀਆਂ ਕਰਵਾਤੀਆਂ, ਔਰ ਸਟੇਟ ਨੇ ਪੂਰਾ ਇਹ ਹਾਈਕੋਰਟ ਦੇ ਅੱਗੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਇਹ ਜਿਹੜੀਆਂ 7 ਪ੍ਰੇਅਰਸ ਇਹਨਾਂ ਨੇ ਮੰਗੀਆਂ ਉਹ 7 ਵਿੱਚੋਂ 5 ਤਾਂ ਅਸੀਂ ਆਲਰੇਡੀ ਪੂਰੀਆਂ ਕਰਤੀਆਂ, ਅਤੇ 2 ਸੋਮਵਾਰ ਨੂੰ ਪੂਰੀਆਂ ਹੋ ਜਾਣਗੀਆਂ, ਅਤੇ ਹੁਣ ਡੀਸੀ ਨੂੰ ਕੋਈ ਖਾਸਾ ਕ੍ਰੀਏਟਿਵਲੀ ਕੋਈ ਓਬਜੈਕਸ਼ਨ ਲੱਭਣਾ ਪਏਗਾ ਜੋ ਨੋਮੀਨੇਸ਼ਨ ਰਿਜੈਕਟ ਕਰਨਾ ਚਾਹੁੰਦਾ ਹੈ।